ਕੀ ਲੱਗਦਾ ਸੰਨੀ ਦਿਓਲ ਦੇ ਆਉਣ ਦੇ ਵਿੱਚ ਸੁਨੀਲ ਜਾਖੜ ਦਾ ਕਿੰਨਾ ਕੁ ਮੁਕਾਬਲਾ ਮੰਨ? ਮੈਂ ਕੋਈ ਮੁਕਾਬਲਾ ਨਹੀਂ ਮੰਨਦਾ। ਮੈਨੂੰ ਸਿਆਸਤ ਬਾਰੇ ਪਤਾ ਨਹੀਂ, ਪਰ ਮੈਂ ਚੰਗੀ ਸਿਆਸਤ ਕਰੂੰਗਾ, ਕੀ ਲੱਗਦਾ ਤੁਹਾਨੂੰ? ਜਿਸ ਬੰਦੇ ਨੂੰ ਸਿਆਸਤ ਬਾਰੇ ਪਤਾ ਨਹੀਂ ਉਹਨੂੰ ਸਿਆਸਤ 'ਚ ਆਉਣਾ ਨਹੀਂ ਚਾਹੀਦਾ। ਬੇਰੁਜ਼ਗਾਰੀ ਦੂਰ ਕਰਨ ਦੀ ਗੱਲ ਕੀਤੀ ਸੀ ਉਸ ਟਾਈਮ ਦੇ ਉੱਤੇ, ਘਰ ਘਰ ਨੌਕਰੀ ਦੀ ਗੱਲ ਕੀਤੀ ਸੀ, ਨਸ਼ਾ ਮੁਕਤ ਪੰਜਾਬ ਦੀ ਗੱਲ ਕੀਤੀ ਸੀ, ਕਰਜ਼ਾ ਮਾਫੀ ਦੀ ਗੱਲ ਕੀਤੀ ਸੀ, ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਆਪਾਂ ਕੁਛ ਫੇਲ ਵੀ ਹੈਗੇ ਹਾਂ? ਮੈਂ ਇੰਨਾ ਖੁਸ਼ ਹਾਂ ਕੈਪਟਨ ਅਮਰਿੰਦਰ ਸਿੰਘ ਤੋਂ, ਜਿਨ੍ਹਾਂ ਨੇ ਫਿਰ ਵੀ ਇਹ ਉੱਦਮ ਕਰਕੇ 2 ਲੱਖ ਰੁਪਈਆ ਕਿਸਾਨੀ ਦਾ ਮਾਫ਼ ਕੀਤਾ। ਜਿਨ੍ਹਾਂ ਕਿਸਾਨਾਂ ਦਾ 2 ਲੱਖ ਹੀ ਮਾਫ਼ ਹੋਇਆ ਉਹਨਾਂ ਨੂੰ ਪੁੱਛ ਕੇ ਤਾਂ ਵੇਖੋ, ਉਹਨਾਂ ਦੇ 2 ਲੱਖ 2 ਕਰੋੜ ਵਰਗਾ। ਕੈਪਟਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਨਸ਼ੇ ਬੰਦ ਕਰਾ ਦਾਂਗੇ ਕੁਛ ਹਫ਼ਤਿਆਂ ਦੇ ਵਿੱਚ ਵਿੱਚ ਹੀ, ਪਰ ਨਸ਼ਾ ਅਜੇ ਵੀ ਵੀਡੀਓ ਵਾਇਰਲ ਹੁੰਦੀਆਂ, ਨਸ਼ਾ ਅਜੇ ਵੀ ਉਸੇ ਤਰ੍ਹਾਂ ਵਿਖ ਰਿਹਾ ਵਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅੱਜ ਤੱਕ ਕਿਸੇ ਸਾਡੇ MLA ਨੇ ਔਰ ਮੈਂ ਇਸ ਕਰਕੇ ਕਦੀ SSP ਜਾਂ ਪੁਲਿਸ ਵਾਲੇ ਨੂੰ ਫੋਨ ਨਹੀਂ ਗਿਆ ਕਿ ਆਹ ਬੰਦਾ ਨਸ਼ਾ ਵੇਚ ਰਿਹਾ, ਆਹ ਸਮੈਕ ਵੇਚ ਰਿਹਾ, ਆਹ ਚਿੱਟਾ ਵੇਚ ਰਿਹਾ, ਤੈਨੂੰ ਛੱਡ ਦਿਓ, ਕਿਉਂਕਿ ਸਾਨੂੰ ਦਿਖਦਾ ਕਿ ਸਾਡੇ ਮੁੱਖ ਮੰਤਰੀ ਨੇ ਸਹੁੰ ਖਾਧੀ ਸੀ ਨਸ਼ਾ ਖਤਮ ਕਰਨਾ, ਔਰ ਅੱਜ ਬਹੁਤ ਹੱਦ ਤੱਕ ਨਸ਼ਾ ਪੰਜਾਬ 'ਚੋਂ ਖਤਮ ਹੋਇਆ। 72,000 ਦੇਣ ਦਾ ਹਰ ਗਰੀਬ ਪਰਿਵਾਰ ਨੂੰ, ਕਿਤੇ ਨਾ ਕਿਤੇ 15 ਲੱਖ ਦਾ ਸਾਡੇ ਨਾਲ ਵਾਅਦਾ ਵੀ ਹੋਇਆ ਸੀ, ਸਾਡੇ ਲੋਕਾਂ ਨਾਲ ਵਾਅਦਾ ਹੋਇਆ ਸੀ, 15 ਲੱਖ ਦੇ ਉਡੀਕਦੇ ਹੁੰਦੇ ਸ਼ਾਇਦ ਸਾਡੀਆਂ ਅੱਖਾਂ ਥੱਕ ਗਈਆਂ ਵਾ। ਗੁਰਦਾਸਪੁਰ ਦੇ ਵਿੱਚ ਇਸ ਟਾਈਮ ਦੇ ਉੱਤੇ ਸਾਡੇ ਨਾਲ MLA ਸਾਹਿਬਾਨ ਵਰਿੰਦਰਮੀਤ ਸਿੰਘ ਪਾੜਾ ਜੀ ਹੈਗੇ ਆ, MLA ਸਾਹਿਬਾਨ ਦੇ ਸਮਾਂ ਦੇ ਰਹੇ ਗੁਰਦਾਸਪੁਰ ਤੋਂ, ਉਹਨਾਂ ਨਾਲ ਗੱਲ ਕਰਦੇ ਕੀ ਲੱਗਦਾ ਸੰਨੀ ਦਿਓਲ ਦੇ ਆਉਣ ਦੇ ਵਿੱਚ ਸੁਨੀਲ ਜਾਖੜ ਦਾ ਕਿੰਨਾ ਕੁ ਮੁਕਾਬਲਾ ਮੰਨਦੇ? ਮੈਂ ਕੋਈ ਮੁਕਾਬਲਾ ਨਹੀਂ ਮੰਨਦਾ, ਕਿਉਂਕਿ ਇੱਥੇ ਬੇਸ਼ੱਕ ਸੰਨੀ ਦਿਓਲ ਆ ਜਾਵੇ, ਇੱਥੇ ਨਰਿੰਦਰ ਮੋਦੀ ਆ ਜਾਵੇ, ਕੋਈ ਮੁਕਾਬਲਾ ਨਹੀਂ ਮੰਨਦਾ। ਮੇਰਾ ਮੰਨਣਾ ਇਹ ਆ, ਇੱਥੇ ਵੋਟ ਸੁਨੀਲ ਜਾਖੜ ਨੂੰ ਜਾਂ ਸੰਨੀ ਦਿਓਲ ਨੂੰ ਵੇਖ ਕੇ ਨਹੀਂ ਪੈਣੀ ਚਾਹੀਦੀ। ਦੇਖੋ, ਆਪਾਂ ਇਹ ਗੱਲ ਮੰਨੀਏ ਕਿ ਜਿਹੜੇ ਸਿਸਟਮ ਦੇ ਵਿੱਚ ਆ, ਵੋਟ ਹਮੇਸ਼ਾ ਕੰਮ ਨੂੰ ਪੈਣੀ ਚਾਹੀਦੀ ਆ। ਅਸੀਂ ਇੱਕ ਦੂਜੇ ਦੇ ਦੁੱਖ ਸੁੱਖ 'ਚ ਭਾਈਵਾਲ ਹਾਂ। ਸੁਨੀਲ ਜਾਖੜ ਜੀ ਨੂੰ ਬੜਾ ਘੱਟ ਸਮਾਂ ਮਿਲਿਆ, ਜੇ ਮੈਂ ਉਹਨਾਂ ਦੇ ਕੰਮ ਗਿਣਾਉਣ ਲੱਗਾ, ਇਸ ਸਮੇਂ ਦੇ ਵਿੱਚ ਮੈਡੀਕਲ ਕਾਲਜ ਗੁਰਦਾਸਪੁਰ ਨੂੰ ਮਿਲਿਆ, ਸੈਨਿਕ ਸਕੂਲ ਮੇਰੇ ਹਲਕੇ ਨੂੰ ਮਿਲਿਆ, ਪਹਿਲੀ ਵਾਰ ਵਿਧਾਇਕ ਬਣਿਆ, ਪਹਿਲੀ ਵਾਰ ਤਾਂ ਵਿਧਾਨ ਸਭਾ ਦਾ ਪਤਾ ਵੀ ਨਹੀਂ ਆਉਂਦਾ, ਇੱਥੇ 10 ਸਾਲ ਵਿਧਾਇਕ ਰਿਹਾ ਪਹਿਲਾਂ, ਉਹਨੇ 10 ਸਾਲਾਂ ਦੇ ਵਿੱਚ ਕਿਤੇ ਵਿਧਾਨ ਸਭਾ 'ਚ ਮੂੰਹ ਨਹੀਂ ਖੋਲ੍ਹਿਆ, ਅਤੇ ਐਂ ਇਲਾਕੇ ਦੀ ਲੜਾਈ ਲੜੀ, ਮੈਡੀਕਲ ਕਾਲਜ ਲਿਆਂਦਾ, ਸੈਨਿਕ ਸਕੂਲ ਲਿਆਂਦਾ, ਨਵੋਦਿਆ ਸਕੂਲ ਲਿਆਂਦਾ, 22 ਕਰੋੜ ਦਾ ਅੰਡਰ ਬ੍ਰਿਜ ਲੈ ਕੇ ਆਇਆ, 32 ਕਰੋੜ ਦਾ ਬੱਸ ਸਟੈਂਡ ਲੈ ਕੇ ਆਇਆ, ਔਰ ਸ਼ਹਿਰ ਦੀਆਂ ਜਿੰਨੀਆਂ ਸੜਕਾਂ ਉਹਨਾਂ ਲਈ ਕਰੋੜਾਂ ਰੁਪਈਆ ਵਾਈਡਨਿੰਗ ਦਾ ਲੈ ਕੇ ਆਇਆ, ਔਰ ਸਾਰਾ ਕੁਛ ਇੰਪਲੀਮੈਂਟ ਹੋ ਚੁੱਕਾ, ਸੜਕਾਂ ਬਣ ਰਹੀਆਂ ਨੇ ਮੌਕੇ 'ਤੇ, ਤੁਸੀਂ ਹੁਣ ਅੱਜ ਵੀ ਵੇਖ ਸਕਦੇ ਹੋ ਪ੍ਰੀਮਿਕਸ ਪੈਂਡੇ ਨੇ, ਬ੍ਰਹਮਪੁਰ ਰੋਡ ਕਿਸੇ ਦੀ ਗੱਲ ਕਰ ਲਓ, 25 ਸਾਲ ਕੋ 20 ਸਾਲ ਕਦੀ ਕਿਸੇ ਨੇ ਵੇਖਿਆ ਨਹੀਂ ਸੀਗਾ ਡਿਵੈਲਪਮੈਂਟ ਹੁੰਦੀ ਕੀ ਆ। ਫਿਸ਼ ਪਾਰਕ ਲਈ ਜਾਖੜ ਸਾਹਿਬ ਨੇ ਪੈਸੇ ਦਿੱਤੇ, ਫਿਸ਼ ਪਾਰਕ ਦਾ ਕੰਮ ਦਿਨ ਰਾਤ ਚੱਲ ਰਿਹਾ, ਜਿੱਥੇ ਸਮੁੱਚਾ ਸ਼ਹਿਰ ਆਉਂਦਾ, ਇੱਕ ਹੀ ਪਾਰਕ ਆ ਮੇਰੇ ਹਲਕੇ 'ਚ, ਉਹਦੇ 'ਤੇ ਤਕਰੀਬਨ 1.25 ਕਰੋੜ ਰੁਪਈਆ ਲੱਗ ਰਿਹਾ ਉਸ ਪਾਰਕ 'ਤੇ। ਉੱਥੇ ਜਦੋਂ ਬ੍ਰਿਜ ਦੀ ਗੱਲ ਆਉਂਦੀ ਆ ਤਾਂ ਕਿਤੇ ਨਾ ਕਿਤੇ ਵਿਨੋਦ ਖੰਨੇ ਨੂੰ ਸਿਹਰਾ ਜ਼ਰੂਰ ਜਾਂਦਾ, ਕੀ ਕਹੋਗੇ ਇਹਦੇ ਬਾਰੇ, ਤੁਹਾਨੂੰ ਲੱਗਦਾ ਕੀ ਇਹ? ਮੈਂ ਇਹ ਸਮਝਦਾ ਕਿ ਜੇਕਰ ਮੰਨ ਲਈਏ ਕਿ ਵਿਨੋਦ ਖੰਨਾ ਜੀ ਨੇ ਮਕੇਰੀਆਂ ਵਾਲਾ ਬ੍ਰਿਜ ਬਣਾਇਆ, ਕਿੰਨੀ ਕੋਸਟ ਹੋਏਗੀ ਉਹਦੀ ਉਸ ਸਮੇਂ 'ਚ? ਮੇਰੇ ਖਿਆਲ ਨਾਲ 30 ਕਰੋੜ, 35 ਕਰੋੜ, 40 ਕਰੋੜ। ਜੇ ਅਸੀਂ 40 ਕਰੋੜ ਰੁਪਈਆ ਬ੍ਰਿਜ ਬਣਾਉਣ ਵਾਲੇ ਬੰਦੇ ਨੂੰ 4 ਵਾਰੀ MP ਬਣਾ ਸਕਦੇ ਹਾਂ, ਅਤੇ ਜਿਹੜਾ MP 1 ਸਾਲ ਦੇ ਸਮੇਂ 'ਚ ਉਹਨੂੰ ਟਨਿਓਰ ਮਿਲੀ ਆ, ਔਰ ਉਹਦੇ ਵਿੱਚ ਉਹ ਮੈਡੀਕਲ ਕਾਲਜ, ਸੈਨਿਕ ਸਕੂਲ, ਨਵੋਦਿਆ ਔਰ ਪਨਿਆੜ ਮਿਲ 2500 ਮੀਟ੍ਰਿਕ ਟਨ ਤੋਂ 10,000 ਮੀਟ੍ਰਿਕ ਟਨ, ਬਟਾਲੇ ਵਾਲੀ 1200 ਤੋਂ 3500 ਮੀਟ੍ਰਿਕ ਟਨ, ਫਿਰ ਤੁਸੀਂ ਇਹ ਇਮੈਜਿਨ ਕਰੋ ਕਿ ਇਹ ਵੱਡੀਆਂ ਹੋਣ ਨਾਲ ਚੀਜ਼ਾਂ, ਆਹ ਨਵੀਆਂ ਚੀਜ਼ਾਂ ਆਉਣ ਨਾਲ ਵਪਾਰ ਨੂੰ ਹੁਲਾਰਾ ਮਿਲੇਗਾ, ਲੋਕਾਂ ਨੂੰ ਉਹਦੇ 'ਚ ਰੁਜ਼ਗਾਰ ਮਿਲਣਾ, ਮਿੱਲਾਂ ਦੇ ਵਿੱਚ ਵਧਣਾ। ਅਤੇ ਜੇ ਕਿਸੇ ਦੇ ਪੇਟ ਲਈ, ਕਿਸੇ ਲਈ ਅਸੀਂ ਇਹ ਆਸ ਕਰੀਏ ਰੁਜ਼ਗਾਰ ਦੀ, ਅਤੇ ਜਿੱਥੇ ਇੱਕ ਪੁਲ ਬਣਾਉਣ ਲੈਣੇ, ਚਾਰ ਵਾਰੀ MP ਬਣਾ ਸਕਦੇ ਹਾਂ, ਅਤੇ ਕੀ ਗੱਲ 1 ਸਾਲ ਬਾਰੇ MP ਦਾ ਰਿਪੋਰਟ ਕਾਰਡ ਚੈੱਕ ਕਰਕੇ ਵੋਟਾਂ ਪਾਉਣਗੇ ਲੋਕ? ਮੈਂ ਇਹ ਸਮਝਦਾ, ਜਿੱਥੇ ਉਹਨੇ 1 ਪੁਲ ਬਣਾਇਆ ਸੁਨੀਲ ਜਾਖੜ ਜੀ ਨੇ, ਘੱਟ ਤੋਂ ਘੱਟ 21-22 ਪੁਲ ਇੱਥੇ ਕੁਛ ਓਨ ਗਰਾਊਂਡ ਕੰਮ ਚੱਲ ਰਿਹਾ ਕਿ ਮਨਜ਼ੂਰੀ ਕਰਵਾਏ ਗਏ, ਨੀਂਹ ਪੱਥਰ ਰੱਖੇ ਗਏ ਵਿਰੋਧੀ ਆਪਣੇ ਤੋਂ ਸ਼ੁਰੂ ਹੋਣਾ, 22 ਕਰੋੜ ਰੁਪਈਆ ਜਿਹਦੇ 'ਚ 50% ਸ਼ੇਅਰ ਸੈਂਟਰ ਗੌਰਮੈਂਟ ਦਾ ਹੋਣਾ ਸੀਗਾ। ਮੈਂ ਜਾਖੜ ਸਾਹਿਬ ਨੂੰ ਬੇਨਤੀ ਕੀਤੀ, ਜਾਖੜ ਸਾਹਿਬ ਜੇ ਸੈਂਟਰ ਗੌਰਮੈਂਟ ਦੇ ਆਪਾਂ ਪੈਸਿਆਂ ਪਿੱਛੇ ਪੈ ਗਏ, ਉਹਨਾਂ ਨਹੀਂ ਜੇ ਦੇਣੇ ਤਾਂ ਮੇਰਾ ਕੰਮ ਖਰਾਬ ਹੋ ਜਾਣਾ। ਜਾਖੜ ਸਾਹਿਬ ਨੇ CM ਸਾਹਿਬ ਨੂੰ ਬੇਨਤੀ ਕੀਤੀ, 22 ਕਰੋੜ ਰੁਪਈਆ, ਪਹਿਲਾਂ 16 ਕਰੋੜ ਸੀਗੀ ਉਹਦੀ ਕੋਸਟ, 6 ਕਰੋੜ ਇਨਹੈਂਸ ਹੋ ਕੇ ਉਹ 22 ਕਰੋੜ 'ਤੇ ਚੱਲ ਗਈ, 16 ਕਰੋੜ ਰੁਪਈਆ
ਆਲਰੇਡੀ ਪੈਸੇ ਦੇ ਚੁੱਕੇ ਆ, ਸੀਐਮ ਸਾਹਿਬ ਜਮ੍ਹਾਂ ਕਰਾ ਚੁੱਕੇ ਆ, ਫੀਸਾਂ ਦੀਆਂ ਰਸੀਦਾਂ ਮੈਂ ਵਿਖਾ ਸਕਦਾ। ਉਹਦੀ ਇੰਪਲੀਮੈਂਟੇਸ਼ਨ ਔਨ ਗਰਾਊਂਡ ਕੰਮ ਚੱਲ ਰਿਹਾ, ਤੁਸੀਂ ਅੱਜ ਵੀ ਜਾ ਕੇ ਵੇਖ ਸਕਦੇ ਹੋ, ਵਲੇ ਪਿੱਛੇ ਹੋ ਰਹੇ ਆ, ਤਾਰਾਂ ਪਿੱਛੇ ਹੋ ਰਹੀਆਂ, ਦਰਖਤਾਂ ਦੀ ਜਿਹੜੀ ਕਟਿੰਗ ਆ ਮੇਰੇ ਖਿਆਲ ਆਉਣ ਵਾਲੇ 2-4 ਦਿਨਾਂ 'ਚ ਉਹ ਵੀ ਸ਼ੁਰੂ ਹੋ ਜਾਣੀ ਆ, ਪੈਸੇ ਦੇ ਚੁੱਕੇ ਆ। ਵਰਿੰਦਰ ਜੀ, ਵਾਅਦੇ ਵਫਾ ਨਹੀਂ ਹੁੰਦੇ, ਕਈਆਂ ਥਾਵਾਂ ਤੋਂ ਇਹ ਵੇਖਿਆ ਜਾਂਦਾ ਕਿ ਵਾਅਦੇ ਬੜੇ ਬੜੇ ਕੀਤੇ ਜਾਂਦੇ ਜਦੋਂ ਸਰਕਾਰਾਂ ਆਉਣੀਆਂ। 72,000 ਦਾ ਤੁਸੀਂ ਵੀ ਇਸ ਟਾਈਮ ਵਾਅਦਾ ਕਰ ਰਹੇ ਹੋ ਗਰੀਬ ਘਰਾਂ ਵਾਸਤੇ, ਅਤੇ ਜੇ ਪਿਛਲੀ ਸਰਕਾਰ ਦੀ ਤੁਹਾਡੇ ਦੀ ਗੱਲ ਕਰਦੇ ਹਾਂ, ਬੇਰੁਜ਼ਗਾਰੀ ਦੂਰ ਕਰਨ ਦੀ ਗੱਲ ਕੀਤੀ ਸੀ ਉਸ ਟਾਈਮ ਦੇ ਉੱਤੇ, ਘਰ ਘਰ ਨੌਕਰੀ ਦੀ ਗੱਲ ਕੀਤੀ ਸੀ, ਨਸ਼ਾ ਮੁਕਤ ਪੰਜਾਬ ਦੀ ਗੱਲ ਕੀਤੀ ਸੀ, ਕਰਜ਼ਾ ਮਾਫੀ ਦੀ ਗੱਲ ਕੀਤੀ ਸੀ, ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਆਪਾਂ ਕੁਛ ਫੇਲ ਵੀ ਹੈਗੇ ਹਾਂ? ਜੇ ਮਤਲਬ ਕਿ ਲੋਕਾਂ ਨਾਲ ਵਾਅਦੇ ਕਰਦੇ ਹਾਂ ਤਾਂ ਵਾਅਦੇ ਕਿਉਂ ਨਹੀਂ ਵਫਾ ਹੋ ਰਹੇ? ਮੈਨੂੰ ਇੱਕ ਗੱਲ ਦੱਸੋ, ਜਿੱਥੇ ਕਰਜ਼ਾ ਮਾਫੀ ਦੀ ਗੱਲ ਆਉਂਦੀ ਆ, ਹਿੰਦੁਸਤਾਨ ਦੇ ਵਿੱਚ ਇੱਕ ਸੂਬੇ ਦਾ ਨਾਂ ਦੱਸੋ ਜਿੱਥੇ 2 ਲੱਖ ਰੁਪਈਆ ਕਰਜ਼ਾ ਮਾਫੀ ਕੀਤੀ ਹੋਵੇ। ਕੋਈ ਕੋਈ ਨਾਂ ਲੈ ਦਿਓ। ਜੇ ਕਿਸੇ ਦੇ ਘਰ ਦੇ ਵਿੱਚ ਪੈਸੇ 4 ਘੱਟ ਹੁੰਦੇ ਆ, ਉਹ ਇਹ ਕੋਸ਼ਿਸ਼ ਕਰਦਾ, ਜੇ ਸਿਆਣਾ ਬਜ਼ੁਰਗ ਹੋਵੇ ਨਾ, ਤਾਂ ਉਸ ਜੋ ਮਰਜ਼ੀ ਹੋ ਜਾਵੇ ਆਪਣੇ ਬੱਚਿਆਂ ਵਾਸਤੇ ਹਮੇਸ਼ਾ ਸੋਚਦਾ। ਕੈਪਟਨ ਅਮਰਿੰਦਰ ਸਿੰਘ ਜੀ ਦੇ ਚਾਹੇ ਖਾਤਿਆਂ ਦੇ ਵਿੱਚ ਪੰਜਾਬ ਗਵਰਨਮੈਂਟ ਦੀ ਟ੍ਰੈਜਰੀ ਖਾਲੀ ਸੀ, ਮੈਂ ਇੰਨਾ ਖੁਸ਼ ਹਾਂ ਕੈਪਟਨ ਅਮਰਿੰਦਰ ਸਿੰਘ ਤੋਂ, ਜਿਨ੍ਹਾਂ ਨੇ ਫਿਰ ਵੀ ਇਹ ਉੱਦਮ ਕਰਕੇ 2 ਲੱਖ ਰੁਪਈਆ ਕਿਸਾਨੀ ਦਾ ਮਾਫ਼ ਕੀਤਾ। ਜਿਨ੍ਹਾਂ ਕਿਸਾਨਾਂ ਦਾ 2 ਲੱਖ ਹੀ ਮਾਫ਼ ਹੋਇਆ, ਉਹਨਾਂ ਨੂੰ ਪੁੱਛ ਕੇ ਤਾਂ ਵੇਖੋ, ਉਹਨਾਂ ਦੇ 2,02,000,000 ਵਰਗਾ। ਔਰ ਕਿਸੇ ਹਿੰਦੁਸਤਾਨ ਜੀ ਕਿਸੇ ਸਰਕਾਰ ਦੀ BJP ਸਰਕਾਰਾਂ ਨੇ ਵੀ ਇਹ ਜ਼ੁਰਤ ਨਹੀਂ ਕੀਤੀ ਕਿ ਕਿਸੇ ਦਾ ਕਰਜ਼ੀ ਮਾਫ਼ੀ ਕੀਤੀ ਜਾਵੇ। ਦੂਜੀ ਗੱਲ ਰਹੀ ਕਿ ਵਾਅਦੇ ਵਫਾ ਨਹੀਂ ਹੁੰਦੇ, ਮੈਂ ਮੇਰੇ ਕਹਿਣ ਦੀ, ਕਿਉਂਕਿ ਲੋਕ ਮੈਨੂੰ ਵੀ MLA ਜਾਂ ਲੀਡਰ ਸਮਝਦੇ ਆ, ਮੈਂ ਹੈ ਨਹੀਂ ਲੀਡਰ, ਪਰ ਵਿਰੋਧੀ ਸਮਝਦੇ ਆ ਕਿ ਜਿਹੜਾ MLA ਉਹ ਲੀਡਰ ਹੀ ਹੁੰਦਾ। ਤੁਸੀਂ ਅੱਜ ਮੇਰੇ ਨਾਲ ਹੋ, ਜਿਹੜੀ ਸੜਕ ਜਿਹੜੇ ਪਿੰਡ 'ਤੇ ਕਹੋਗੇ ਮੈਂ ਗੱਡੀ ਪਾਉਣ ਨੂੰ ਤਿਆਰ ਹਾਂ। ਹਰ ਪਿੰਡ ਨੂੰ ਕਿਸੇ ਨੂੰ 90 ਲੱਖ, ਕਿਸੇ ਨੂੰ 1 ਕਰੋੜ, ਕਿਸੇ ਨੂੰ 70 ਲੱਖ, ਕਿਸੇ ਨੂੰ 65 ਲੱਖ ਸੜਕਾਂ ਲਈ ਦਿੱਤਾ, ਔਰ ਉਹ ਕੰਮ ਵਿਦਇਨ 15-20 ਡੇਜ਼ ਔਨ ਗਰਾਊਂਡ ਸ਼ੁਰੂ ਕਰਾਤੇ ਨੇ। ਔਰ ਅੱਜ ਤੁਸੀਂ ਭੁੰਬਲੀ ਚੱਲ ਜਾਓ, ਤਿੱਬੜ ਚੱਲ ਜਾਓ, ਮੈਂ ਗਿਣਨਾ ਥੱਕ ਜਾਓਗੇ ਤੁਸੀਂ, ਹਰ ਕੰਮ ਉੱਥੇ ਔਨ ਗਰਾਊਂਡ ਹੋ ਰਿਹਾ। ਬਿਲਕੁਲ ਮੈਂ ਉਹਨਾਂ ਬੰਦਿਆਂ 'ਚੋਂ ਨਹੀਂ, ਨਾ ਮੈਂ, ਜੇ ਮੇਰੀ ਸਰਕਾਰ ਤੁਸੀਂ ਕਹੋ ਕਿ ਰੁਜ਼ਗਾਰ ਦੀ ਗੱਲ ਕਰਦੇ ਹੋ, ਜਿਹੜੀ ਅਸੀਂ ਅੱਜ ਸਰਕਾਰੀ ਮਿੱਲਾਂ ਨੇ ਪੰਜਾਬ 'ਚ, ਸਾਰੇ ਸਰਕਾਰੀ ਮਿੱਲਾਂ, ਵਾਹਿਗੁਰੂ ਦੀ ਕਿਰਪਾ ਹੋਈ ਆ ਕਿ ਕਾਂਗਰਸ ਦੀ ਸਰਕਾਰ ਆ ਗਈ ਆ, ਨਹੀਂ ਤਾਂ ਅੱਜ ਸਾਰੀਆਂ ਮਿੱਲਾਂ ਅਕਾਲੀ ਦਲ ਦੀ ਸਰਕਾਰ ਕਿਤੇ ਦੋਹਰੇ ਬਣ ਜਾਂਦੀ, ਸਾਰੀਆਂ ਵਿਕ ਜਾਣੀਆਂ ਸੀ। 2500 ਮੀਟ੍ਰਿਕ ਟਨ ਪਨਿਆੜ ਮਿਲਿਆ, ਜਿਹੜੀ ਰੰਧਾਵਾ ਸਾਹਿਬ ਦੀ ਮਿਹਨਤ ਸਦਕਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਸੋਚ ਸਦਕਾ, ਅਤੇ ਅਸੀਂ ਸਮੁੱਚੇ ਜਿੰਨੇ ਵੀ ਇੱਥੋਂ ਕੈਬਨਿਟ ਮਿਨਿਸਟਰ, MLA, ਜਾਖੜ ਸਾਹਿਬ, MP ਸਾਹਿਬ, ਸਾਰਿਆਂ ਰਲ ਕੇ 2500 ਮੀਟ੍ਰਿਕ ਟਨ ਤੋਂ 10,000 ਮੀਟ੍ਰਿਕ ਟਨ ਪਨਿਆੜ ਮਿੱਲ ਕਰਨ ਜਾ ਰਹੇ ਹਾਂ। 2200 ਮੀਟ੍ਰਿਕ ਟਨ ਬਟਾਲੇ ਵਾਲੀ ਮਿੱਲ ਸੀ, ਉਹਨੂੰ ਅਸੀਂ 3500 ਮੀਟ੍ਰਿਕ ਟਨ ਕਰਨ ਜਾ ਰਹੇ ਹਾਂ। ਕੀ ਤੁਸੀਂ ਸਮਝਦੇ ਨਹੀਂ ਇਹਦੇ ਨਾਲ ਕਿਸਾਨੀ ਨੂੰ ਬੜਾ ਵੱਡਾ ਹੁਲਾਰਾ ਮਿਲੂਗਾ? ਕੀ ਤੁਸੀਂ ਸਮਝਦੇ ਨਹੀਂ ਜੇ ਉੱਥੇ ਅੱਜ 500 ਮੁਲਾਜ਼ਮ ਕੰਮ ਕਰ ਰਿਹਾ, ਜਿਹੜੀ 4 ਗੁਣਾ ਵੱਧ ਜੂਗੀ, ਉੱਥੇ 2000 ਮੁਲਾਜ਼ਮ ਵੀ ਰੱਖਿਆ ਜਾਊਗਾ, ਰੁਜ਼ਗਾਰ ਵਧੇਗਾ। ਮਿੱਲਾਂ ਵੱਲੋਂ ਪੈਸਾ ਨਹੀਂ ਦਿੱਤਾ ਜਾ ਰਿਹਾ, ਕਿਸਾਨ ਦਰ ਦਰ ਠੋਕਰਾਂ ਖਾ ਰਿਹਾ, ਇਸ ਟਾਈਮ ਦੇ ਉੱਤੇ ਨਾਅਰੇਬਾਜ਼ੀਆਂ ਹੋ ਰਹੀਆਂ, ਮਿੱਲਾਂ ਬੰਦ ਕਰਾਉਣ ਦਾ ਰੌਲਾ ਪੈ ਰਿਹਾ ਹੈਗਾ ਵਾ, ਉਹ ਪੈਸਾ ਕਿਉਂ ਨਹੀਂ ਮਿਲ ਰਿਹਾ? ਵੇਖੋ, ਜਿਹੜਾ ਵੀ ਸਿਸਟਮ ਜਦੋਂ ਉਹਨੂੰ ਠੀਕ ਕਰਦਾ ਉਹਨੂੰ ਸਮਾਂ ਲੱਗਦਾ। ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਿਸਾਨ ਆਪਣੇ ਪੁੱਤਾਂ ਵਾਂਗੂ ਫਸਲਾਂ ਪਾਲਦਾ, ਰਾਤ ਨੂੰ ਕਿਸਾਨ ਵਿਚਾਰੇ ਨੰਗੇ ਪੈਰੀ, ਕਈਆਂ ਨੂੰ ਸੱਪ ਲੜਦੇ ਨੇ, ਕਈਆਂ ਨੂੰ ਰਾਤ ਕਈ ਕੁਛ ਹੋ ਜਾਂਦਾ, ਅਤੇ ਫਿਰ ਉਹਨਾਂ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਜੇ ਨਾਲ ਦੀ ਨਾਲ ਨਾ ਮਿਲੇ, ਤਾਂ ਫਿਰ ਕਿਸਾਨ ਕਿਸਾਨੀ ਨਾਲ ਜੁੜਨਗੇ ਕਿੱਦਾਂ? ਇਹ ਅੱਜ ਤਕਲੀਫ ਹੈਗੀ ਆ, ਪਰ ਜੋ ਸਾਡਾ ਪਲੈਨ ਆ, ਮੈਂ ਇਹ ਤੁਹਾਨੂੰ ਗਰੰਟਡ ਕਹਿ ਸਕਦਾ, ਜਿਸ ਦਿਨ ਆਹ ਪਨਿਆੜ ਮਿੱਲ ਵੱਡੀ ਹੋ ਜਾਣੀ ਆ, ਬਟਾਲੇ ਵਾਲੀ ਹੋ ਜਾਣੀ ਆ, ਔਰ ਅਸੀਂ ਪਲੈਨ ਕੀਤਾ ਹੋਇਆ ਕਿ ਇਹਨਾਂ ਨੂੰ ਜਦੋਂ ਇਹ ਪਰਚੀ ਲੈ ਕੇ ਜਾਣਗੇ, ਔਨਲਾਈਨ ਸਾਰਾ ਸਿਸਟਮ ਕਰਨ ਲੱਗੇ, ਉਹਨਾਂ ਨੂੰ ਘਰੋਂ ਪਤਾ ਹੋਊਗਾ ਸਾਡੀ ਟਰੈਕਟਰ ਟਰਾਲੀ ਕਿੱਥੇ ਗਈ ਆ, ਕਿੰਨੇ ਵਜੇ ਲੱਥੀ ਆ, ਔਰ ਵਿਦਇਨ 10-15 ਡੇਜ਼ ਉਹਨਾਂ ਦੀ ਪੇਮੈਂਟ ਜਿਹੜੀ ਕਰਿਆ ਕਰਾਂਗੇ। ਅੱਜ ਵੀ ਤੁਸੀਂ ਵੇਖ ਲਓ, 65-60% ਪੇਮੈਂਟ ਜਿਹੜੀ ਸਰਕਾਰੀ ਮਿੱਲਾਂ ਦੀ ਰੰਧਾਵਾ ਸਾਹਿਬ ਨੇ ਕਰਵਾਤੀ ਆ, ਜਿਹੜੀ ਪ੍ਰਾਈਵੇਟ, ਮੈਂ ਕਹਿਣ ਦੱਸਣ ਲੱਗਿਆ, ਜਿਹੜੀ ਪ੍ਰਾਈਵੇਟ ਮਿੱਲਾਂ ਦੀ ਗੱਲ ਆ, ਉਹਦੇ 'ਤੇ ਬਕਾਇਦਾ ਲਗਾਤਾਰ ਅਸੀਂ ਪ੍ਰੈਸ਼ਰ ਵੀ ਪਾਇਆ ਹੋਇਆ ਕਿ ਇਹਦਾ ਕੋਈ ਸਲਿਊਸ਼ਨ ਲੱਭੋ, ਇਹਨੂੰ ਹੱਲ ਕਰਾਓ, ਪਿਛਲਾ ਇੱਕ ਵਾਰੀ ਬੈਕਲੌਗ ਕਲੀਅਰ ਕਰਾ ਦਿਓ, ਆਉਣ ਵਾਲੇ ਆ 2020 ਦੇ ਵਿੱਚ ਮਿੱਲਾਂ ਸਾਡੀਆਂ ਵੱਡੀਆਂ ਹੋ ਜਾਣੀਆਂ, ਕਿਸੇ ਨੇ ਪ੍ਰਾਈਵੇਟ ਮਿੱਲਾਂ ਵੱਲ ਜਾਣ ਦੀ ਲੋੜ ਨਹੀਂ ਪੈਣੀ। ਪ੍ਰਾਈਵੇਟ ਮਿੱਲਾਂ ਵਾਲੇ ਤਰਲੇ ਲੈਣਗੇ ਕਿ ਜੇ 400 ਰੁਪਇਆ ਰੇਟ ਆ, ਸਾਡੇ ਕੋਈ 600 ਲੈ ਲਓ, ਸਾਨੂੰ ਕਮਾਦ ਦੇ ਦਿਓ। ਜਦੋਂ ਸਿਸਟਮ ਨੂੰ ਬਦਲਣਾ ਹੋਵੇ ਥੋੜ੍ਹਾ ਜਿਹਾ ਸਮਾਂ ਲੱਗਦਾ, ਇੰਨਾ ਤਾਂ ਤੁਸੀਂ ਮੰਨਦੇ ਹੋ ਕਿ ਸਿਸਟਮ ਬਦਲ ਰਹੇ ਹਾਂ। ਸਿਸਟਮ ਦੇ ਜੋ ਮੈਂ ਪਹਿਲੀ ਵਾਰੀ ਵਿਧਾਇਕ ਬਣਿਆ, 2 ਸਾਲ ਦਾ ਸਮਾਂ ਹੋਇਆ ਮੈਨੂੰ ਕੰਮ ਕਰਦਿਆਂ, ਅਤੇ 2 ਸਾਲ ਦੇ ਸਮੇਂ 'ਚ ਜੇ ਮੈਂ ਇੰਨਾ ਕੁਛ ਲਿਆ ਸਕਦਾ, ਕਾਰਨ ਸਿਰਫ ਇੱਕੋ ਆ ਕਿ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਲੋਕਾਂ ਦੀਆਂ ਵੋਟਾਂ ਲਈਆਂ। ਜਿਸ ਦਿਨ ਅਸੀਂ ਲੋਕ ਇਹ ਸਮਝ ਜਾਵਾਂਗੇ ਕਿ ਵੋਟ ਦੀ ਕੋਈ ਅਹਿਮੀਅਤ ਆ, ਤਾਂ ਉਸ ਦਿਨ ਸਿਸਟਮ ਬਦਲ ਜੂਗਾ। ਸਿਸਟਮ ਬਦਲਣ ਵਾਸਤੇ ਲੋਕਾਂ ਦਾ ਸਾਥ ਦੀ ਲੋੜ ਹੈ, ਲੋਕਾਂ ਦੇ ਵਿਸ਼ਵਾਸ ਦੀ ਲੋੜ ਹੈ,
लीडर ते लोकां दा विश्वास जिन्ना चिर कायम नहीं हुंदा राजनीति दे विच ना लोकां दी कायाकल्प हो सकती है ना किसी सूबे की हो सकती है ना किसी मुल्क की हो सकती है। बिल्कुल वरिंदर जी तुहानू लीडर चुनिया हैगा वा आप ही तुसीं कहा हैगा लोकां ने तुहानू चुन के भेजा हैगा आवाज़ बुलंद करन वास्ते ते जे इस टाइम तुसीं नौजवान हो ते नौजवानां दी एक वड्डी समस्या जे मैं गल करां इस टाइम दे उत्ते साडा जिहड़ा नौजवान हैगा विदेश नूं भज रिहा जिहड़ा कुछ इत्थे रहि रिहा उह नशिआं दे विच गलतान आ। कैप्टन साहब ने कहा सी कि असीं नशे बंद करा देंगे कुछ हफ्तिआं दे विच विच ही पर नशा अजे भी वीडियो वायरल हुंदियां नशा अजे भी उसी तरह विख रिहा वा इहदे बारे की कहना चाहोगे? देखो कैप्टन अमरिंदर सिंह जी ने मैं अक्सर फेसबुक ते वेखदा लोक कमेंट करदे नेगे उहनां ने सौं खाधी नशा चार हफ्तिआं च खत्म करन दी। मैं गुरू महाराज नूं हाजर नाजर गल करके कह सकना कि जदों दा MLA मैं बणिआ और मैं काफ़ी अपने कुलीग्स दोस्त ने MLA कांग्रेसी MLA जिन्हां नूं मैं जानदा अज तक किसे साडे MLA ने और मैं इस करके कदी SSP या पुलिस वाले नूं फोन नहीं गया कि आह बंदा नशा वेच रहा आह स्मैक वेच रहा आह चिट्टा वेच रहा तैनूं छड्ड दिओ क्योंकि सानूं दिखदा कि साडे मुख्यमंत्री ने सहुं खाधी सी नशा खत्म करना और अज बहुत हद तक नशा पंजाब चों खत्म होया पंजाब चों गुंडा राज खत्म होया पंजाब तों गैंगस्टर राज खत्म होया। तुसीं देख लो चौथे दिन गैंगस्टर किते ना किते आ पुलिस वाला जिहड़ा बेचारा अमृतसर अपनी बेटी नूं बचाउण लग्गिया सीगा उहनूं तिने गोलियां मारतीआं की सिस्टम सीगा उदों लोक पुलिस वाले अपने बच्चियां नूं नहीं सी बचा सकदे अज गैंगस्टर भी खत्म हो गए 25 तों 26 हज़ार बंदा नशे वाले अंदर भी दित्ता ते जिहड़ी गल करदे ने मैं फेसबुक ते अक्सर वेखदा कि वड्डे मगरमच्छां नूं नहीं फड़िया जिहड़े गुरु ग्रंथ साहिब दी जिन्हां लोकां ने बेअदबी कराई प्रकाश सिंह बादल सुखबीर सिंह बादल अकाली दल ने जिहड़ी गुरु ग्रंथ साहिब दी बेअदबी की मैं समझदा कि उन्हां लोकां नूं सजा गुरु महाराज ने ही दे देनी है। जे ये साफ सुथरे सी इन्हां ने अज को इमानदार अफसर इन्हां दे वेले मेरे गुरदासपुर भी SSP रह के गए कुंवर विजय प्रताप जी उस समय दे SSP इत्थे रहे ने मेरे गुरदासपुर और इन्हां दी सरकार च भी चंगीआं पोस्टां ते रहे ने। जे अज उह अफसर अपनी चंगी कार्यशैली सारा पंजाब जानदा इन्हां नूं की लोड़ पै गई कि सिट तों इहनूं लांभे कीता जावे जे चंगा काम कर रहे ने। बब्बे हाले जी तुहाडे विरोधी इस टाइम दे उत्ते उन्हां नाल गलबात हुई तां उन्हां कहा सी कि उह कांग्रेस दे हत्थां 'च खेड रहा तां करके सानूं मजबूरन बदलाउणा पै रहा। इन्हां दे कहण नाल कांग्रेस दे हत्थां 'च नहीं खेड रहा सिट दे विच उन्हां ने कुंवर विजय प्रताप जी ने यह गल कही कि मैं ओपन लोगों के जा के जो मैनूं कोई क्वेश्चन कर मैं वह जवाब देने तैयार हाँ ओपन सिट की कोई गल किसी ने सामने सवाल जवाब करने वो करने तैयार हाँ वो एनालिसिस कर लैन कि जे वो कांग्रेस के हाथों से खेड रहा कि जो गुरु ग्रंथ साहब तो असी जिते असी सिख हाँ उत्थे हर इंसान हर धर्म की इज्जत करता कुंवर विजय प्रताप जी मैं जानता उस इंसान को इतने SSP रह के गए हैं वो कभी भी पक्षपात कभी किसी MLA मिनिस्टर तो ना वो दब के उन्हें काम किया उन्हें अपने हमेशा मान तो काम किया इस गल का मैं गवाह हाँ और गुरु ग्रंथ साहब की जिते गल आ जिते जिन्हें गुरु ग्रंथ साहब साढ़े सिखा दे उन्हें गुरु ग्रंथ साहब हर इंसान का है और गुरु ग्रंथ साहब के जे अजे कित अकाली असी धक्का कर देंगे फिर तो कह सकते सी कांग्रेस के हाथों से खेडते तो गुरु ग्रंथ साहब की जिते गल आ कोई इंसान यहोजा नहीं जिहड़ा अपने ईमान तो बाहर होकर किसी ने धक्का करूगा। बिल्कुल जी इस टाइम के उत्ते सनी देओल भी हल्के च आए सी नलका चुक के फोटो हुई है उन्होंने इस टाइम के उत्ते तो की लगता हाँ आए सी क्योंकि इस टाइम के उत्ते जा चुके हैं फिर शायद 2 तरीक उन्होंने दोबारा बब्बे हाल जी ने गल हुई से उन्होंने दसा कि 2 तरीक तो बाद मीटिंगा कर जा रहे हैं की लगता तो टक्कर देंगे ज किस तरह? देखो टक्कर सनी देओल की दूगा BJP वालिया ने बड़ा रौला पाया कि पंजाब का पुत्र आ रहा पंजाब का पुत्र आ रहा मैनू अफसोस आ सानू भी नहीं पता जदों कागज़ भरन गए आ तो पंजाब दे पुत्र नूं पंजाबी पढ़नी नहीं आई पंजाब दे पुत्र नूं स्टेज पर पंजाबी बोलनी नहीं आई तो असी की उम्मीद करते हैं जिहड़ा बंदा पंजाब दा नहीं हो सकिया पंजाबी मां बोली दा नहीं हो सकिया पंजाबीयत दा नहीं हो सकिया तो वह साडा पंजाबियों का की होगा। उन्होंने बयान दिता कि मैनूं सियासत बारे पता नहीं पर मैं चंगी सियासत करूँगा की लगता तुहानूं? जिस बंदे नूं सियासत बारे पता नहीं उहनूं सियासत च आउणा नहीं चाहिए कुर्सी का पता कि मैं उत्ते बहना तो सियासत का नहीं पता सियासत का पतला पता होना चाहिए। पिता जी ने धर्मिंदर ने भी कहा है कि सियासत नहीं सानू पता पर सियासत चंगी करांगे। हाँ धर्मिंदर जी ने तो बिल्कुल सियासत का नहीं पता ता ही तो उत्थे बीकानेर दे विच पोस्टर लगे से गुमशुदा के 2 सालों बाद कि धर्मिंदर जी गवाच गए 2 साल इत्थे वड़े नहीं वो सियासत करन आउण लगे इत्थे वो अपने मुंडे नूं कहण लगे कि मैं तो 2 साल मौजा कीतियां उत्थे लोक बेवकूफ ने वोटा पा देणगे तुसीं बाद च जायो चाहे ना जायो सियासत मतलब लोगों की सेवा। जे मैं उन्हां दी स्पीच सुनी आ कि मैं इत्थे आउणा नहीं सी चाहुंदा मैं इत्थे सियासत मैनूं आउंदी नहीं पर तुहाडा प्यार खिंच लिया
मैं ਪਾਸਪੋਰਟ ਦਾ ਪਿਆਰ ਕਿਉਂ ਖਿੱਚ ਲਿਆ ਅੰਮ੍ਰਿਤਸਰ ਵੀ ਚਾਹੀਦੇ ਸੀ ਨਾ ਇਹ ਗੱਲ ਕਹਿਣ ਲੱਗਾ ਤੁਹਾਨੂੰ ਕਿ 62 ਸਾਲ ਲਗਭਗ ਉਹਨਾਂ ਦੀ ਉਮਰ ਹੋ ਗਈ ਆ 62 ਸਾਲਾਂ ਦੇ ਵਿੱਚ ਪਦੀ ਪਿਆਰ ਗੁਰਦਾਸਪੁਰੀਆਂ ਦਾ ਚੇਤਾ ਨਹੀਂ ਆਇਆ ਅੱਜ ਟਿਕਟ ਮਿਲ ਗਈ ਵੋਟਾਂ ਦੀ ਲੋੜ ਆ ਅੱਜ ਪਿਆਰ ਖਿੱਚ ਲਿਆ ਆ ਸ਼ਾਇਦ ਗਦਰ ਫਿਲਮ ਦੀ ਗੱਲ ਕਰਦੇ ਸੀ ਗਦਰ ਫਿਲਮ ਵਾਲਾ ਨਲਕਾ ਵੀ ਚੁੱਕ ਕੇ ਉਹਨਾਂ ਗੱਲ ਕੀਤੀ ਸੀ ਨਾਲੇ ਮੁੱਕੇ ਦੀ ਗੱਲ ਕੀਤੀ ਸੀ ਉਹਨਾਂ ਨੇ ਕਿ ਇਹ 2.5 ਕਿਲੋ ਦਾ ਮੁੱਕਾ ਕਿਹਨੂੰ ਦਿਖਾਇਆ ਜਾ ਰਿਹਾ ਤੁਸੀਂ ਇਸ ਗੱਲ ਦਾ ਜੋ ਇੱਥੇ ਬੜੇ 2.5 ਕਿਲੋ ਦੇ ਮੁੱਕੇ ਲੋਕਾਂ ਨੂੰ ਦਿਖਾਉਂਦੇ ਆ ਗੁਰਦਾਸਪੁਰੀਏ ਪੜ੍ਹੇ ਲਿਖੇ ਲੋਕ ਨੇ ਇਹ ਕੋਈ ਉਹ ਨਹੀਂ ਹੈਗਾ ਕਿ ਇੱਥੇ ਤੁਸੀਂ ਹੱਥ ਹਿਲਾਓ ਅਤੇ ਨਲਕੇ ਵਿਖਾਓ ਅਤੇ ਵੋਟਾਂ ਲੈ ਜਾਓ ਇੱਥੇ ਹਰ ਲੋਕ ਨੂੰ ਇੱਥੇ ਬੇਰੁਜ਼ਗਾਰੀ ਦੀ ਸਮੱਸਿਆ ਇੱਥੇ ਇੰਡਸਟਰੀਆਂ ਫੈਕਟਰੀਆਂ ਦੀ ਲੋੜ ਆ ਇੱਥੇ ਹਰ ਚੀਜ਼ ਦੀ ਦੁੱਖ ਤਕਲੀਫ ਜਿਹੜੀ ਆ ਅਸੀਂ ਇੱਕ ਦੂਜੇ ਨਾਲ ਬੱਝੇ ਹਾਂ ਚਾਹੇ ਕਿਸੇ ਵੀ ਪਾਰਟੀ ਦਾ ਲੀਡਰ ਲੋਕਲ ਬੈਠਾ ਹਰ ਇੱਕ ਨੂੰ ਇੱਕ ਦੂਜੇ ਦੀ ਤਕਲੀਫ ਦਾ ਪਤਾ ਅਤੇ ਅੱਜ ਸੰਨੀ ਦਿਓਲ ਆ ਕੇ ਕਹੇ ਮੈਂ ਤੁਹਾਡੇ ਪਿਆਰ ਦਾ ਖਿੱਚਿਆ ਆਇਆ ਕਿ ਉਹ ਇੱਥੇ ਸਾਡੇ ਨਾਲ ਰੋਟੀ ਇਕੱਠੀ ਖਾਂਦਾ ਰਿਹਾ ਸਾਡੇ ਨਾਲ ਇੱਥੇ ਪੜ੍ਹਦਾ ਰਿਹਾ ਸਾਡੇ ਨਾਲ ਸੜਕਾਂ 'ਤੇ ਖੇਡਦਾ ਰਿਹਾ ਜੇ ਅੱਜ ਇਹਨੂੰ ਪਿਆਰ ਯਾਦ ਆ ਗਿਆ ਇਹ ਰਾਜਨੀਤੀ ਮੈਂ ਹੱਥ ਬੰਨ ਕੇ ਲੋਕਾਂ ਨੂੰ ਵੀ ਬੇਨਤੀ ਕਰਦਾ ਅਤੇ ਲੀਡਰਾਂ ਨੂੰ ਵੀ ਕਰਦਾ ਕਿ ਲੋਕਾਂ ਨੂੰ ਲੁੱਟਣਾ ਅਸੀਂ ਲੋਕ ਬੰਦ ਕਰੀਏ ਵੋਟ ਦੀ ਅਹਿਮੀਅਤ ਮਤਦਾਨ ਲੋਕ ਆਪਣੀ ਮਤ ਦਾ ਦਾਨ ਕਰਦੇ ਨੇ ਆਪਣੇ ਇਲਾਕੇ ਦੀ ਆਪਣੇ ਰਾਜ ਦੀ ਆਪਣੇ ਮੁਲਕ ਦੀ ਤਰੱਕੀ ਵਾਸਤੇ ਅਤੇ ਅਸੀਂ ਲੋਕ ਨਲਕੇ ਫੜ ਕੇ ਸਟੇਜਾਂ 'ਤੇ ਡਾਇਲੋਗ ਮਾਰ ਕੇ ਡਾਇਲੋਗਬਾਜ਼ੀ ਕਰਕੇ ਉਹ ਪੜਦਿਆਂ 'ਤੇ ਜ਼ਰੂਰ ਸੋਹਣਾ ਲੱਗਦਾ ਪ੍ਰੈਕਟੀਕਲ ਦੇ ਵਿੱਚ ਇਹ ਚੀਜ਼ਾਂ ਨਹੀਂ ਜੱਚਦੀਆਂ ਮੈਂ ਜਦੋਂ ਉਹਨਾਂ ਨੇ ਡਾਇਲੋਗ ਮਾਰ ਕੇ ਉਹਨਾਂ ਦੀ ਵੇਖੀ ਸਾਰੀ ਸਪੀਚ ਲੋਕਾਂ ਨੇ ਜੋ ਕਮੈਂਟ ਕੀਤੇ ਆ ਨੌਜਵਾਨਾਂ ਨੇ ਮੈਨੂੰ ਬੜੀ ਖੁਸ਼ੀ ਹੋਈ ਪੜ੍ਹ ਕੇ 163 ਕਮੈਂਟ ਮੈਂ ਪੜ੍ਹੇ 163ਾਂ ਦੇ ਵਿੱਚ ਹੀ ਲੋਕਾਂ ਨੇ ਕਿਹਾ ਕਿ ਸਾਨੂੰ ਰੁਜ਼ਗਾਰ ਦੀ ਲੋੜ ਆ ਸਾਡੇ ਇਲਾਕੇ 'ਚ ਫਲਾਣੀਆਂ ਮਜਬੂਰੀਆਂ ਨੇ ਉਹਨਾਂ ਦੀ ਲੋੜ ਆ ਆਹ ਡਾਇਲੋਗਬਾਜ਼ੀ ਤੁਸੀਂ ਜਾ ਕੇ ਪੜਦੇ 'ਤੇ ਕਰੋ ਬੰਬੇ ਜਾ ਕੇ ਕਰੋ ਇੱਥੇ ਕਰਨ ਦੀ ਲੋੜ ਨਹੀਂ ਇੱਕ ਵੱਡਾ ਵਾਅਦਾ ਇਸ ਟਾਈਮ ਕਰ ਰਹੇ ਹੈਗੇ ਆ ਰਾਹੁਲ ਗਾਂਧੀ ਜੀ ਵੀ 72,000 ਦੇਣ ਦਾ ਹਰ ਗਰੀਬ ਪਰਿਵਾਰ ਨੂੰ ਕਿਤੇ ਨਾ ਕਿਤੇ 15 ਲੱਖ ਦਾ ਸਾਡੇ ਨਾਲ ਵਾਅਦਾ ਵੀ ਹੋਇਆ ਸੀ ਸਾਡੇ ਲੋਕਾਂ ਨਾਲ ਵਾਅਦਾ ਹੋਇਆ ਸੀ 15 ਲੱਖ ਦੇ ਉਡੀਕਦੇ ਹੁੰਦੇ ਸ਼ਾਇਦ ਸਾਡੀਆਂ ਅੱਖਾਂ ਥੱਕ ਗਈਆਂ ਵਾ ਤੁਹਾਨੂੰ ਲੱਗਦਾ ਕਿ 72,000 ਵਾਲਾ ਵਾਅਦਾ ਵਾਪਾ ਹੋਊਗਾ ਮੈਂ ਅੱਜ ਵੀ ਕਾਫੀ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਸਵੇਰ ਤੋਂ ਕੱਲ੍ਹ ਵੀ ਮੇਰੀਆਂ 11 ਰੈਲੀਆਂ ਸੀਗੀਆਂ ਉੱਥੇ ਮੈਂ ਇਹ ਗੱਲ ਸਾਰਿਆਂ ਨੂੰ ਕੀਤੀ ਆ ਕਿ ਮੈਂ ਕਿਸੇ ਦੀ ਨਿਖੇਧੀ ਨਹੀਂ ਕਰਨੀ ਨਾ ਮੈਂ ਮੋਦੀ ਦੀ ਕਰਨੀ ਹਾਂ ਨਾ ਮੈਂ ਇੱਥੋਂ ਪਹਿਲੇ ਵਿਧਾਇਕ ਦੀ ਕਰਨੀ ਆ ਮੇਰਾ ਇੱਕ ਅਸੂਲ ਆ ਕਿ ਮੈਂ ਆਪਣੇ ਰਿਪੋਰਟ ਕਾਰਡ ਅਤੇ ਸੁਨੀਲ ਜਾਖੜ ਦਾ 14 ਮਹੀਨਿਆਂ ਦਾ ਰਿਪੋਰਟ ਕਾਰਡ ਦੱਸ ਕੇ ਤੁਹਾਡੇ ਕੋਲ ਵੋਟਾਂ ਲੈਣੀਆਂ ਜੇ ਸਾਡਾ ਰਿਪੋਰਟ ਕਾਰਡ ਤੁਸੀਂ ਸਮਝਦੇ ਹੋ ਕਿ ਚੰਗਾ ਤਾਂ ਵੋਟ ਪਾ ਦਿਓ ਜੇ ਨਹੀਂ ਚੰਗਾ ਤਾਂ ਤੁਸੀਂ ਨਾ ਵੋਟ ਪਾਓ ਜਿੰਨੀ ਦੇਰ ਤੱਕ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਏਗੀ ਤੁਸੀਂ ਰਾਜਨੀਤੀ ਨੂੰ ਬਦਲਣ ਬਾਰੇ ਸੋਚ ਨਹੀਂ ਸਕਦੇ ਇੱਥੇ ਅੱਜ ਸੰਨੀ ਦਿਓਲ ਆਇਆ ਕੱਲ੍ਹ ਨੂੰ ਸੰਨੀ ਲਿਓਨ ਵੀ ਆ ਜਾਏਗੀ ਕੱਲ੍ਹ ਨੂੰ ਹੇਮਾ ਮਾਲਣੀ ਵੀ ਆ ਜਾਏਗੀ ਕਿੰਨੀ ਦੇਰ ਤੱਕ ਅਸੀਂ ਲੋਕ ਲੁੱਟੇ ਜਾਵਾਂਗੇ ਜਿਹੜੀ 15 ਲੱਖ ਦੀ ਗੱਲ ਕਰਦੇ ਹੋ ਅਮਿਤ ਸ਼ਾਹ ਜੀ ਦਾ ਮੈਂ ਬਿਆਨ ਸੁਣਿਆ ਕਹਿੰਦਾ ਇਹ ਤਾਂ ਜੁਮਲਾ ਸੀਗਾ ਉਹਦੀ ਇੰਟਰਵਿਊ ਸੁਣੀ ਸੀ ਕਹਿੰਦਾ ਇਹ ਦੇ ਨਹੀਂ ਸਕਦੇ ਤਾਂ ਜੁਮਲਾ ਸੀ ਹਰ ਇੱਕ ਨੂੰ ਪਤਾ ਜੇ ਹਰ ਇੱਕ ਨੂੰ ਪਤਾ ਹੁੰਦਾ ਤਾਂ ਲੋਕ ਲਾਈਨਾਂ 'ਚ ਲੱਗ ਕੇ 15-15 ਲੱਖ ਦੇ ਖਾਤੇ ਕਿਉਂ ਖੁਲਵਾਉਂਦੇ 100% ਲੋਕਾਂ ਨੇ 15 ਲੱਖ ਦੇ ਖਾਤੇ ਖਿਲਾਏ 1-1 ਹਜ਼ਾਰ ਰੁਪਈਆ ਜਮ੍ਹਾਂ ਕਰਾਇਆ ਉਹ ਵੀ 1,000-1,000 ਵਿੱਚ ਉਹਦਾ ਖਤਮ ਹੋ ਗਿਆ ਲੋਕਾਂ ਦਾ ਗਰੀਬਾਂ ਦਾ ਜਿੰਨਾ 1,000 ਰੁਪਈਆ ਮੇਰੇ ਖਿਆਲ 2 ਮਹੀਨੇ ਮਿਹਨਤ ਕਰਨ ਅਤੇ ਫਿਰ ਜੁੜਦਾ ਉਹਨਾਂ ਕੋਲ ਰਹੀ ਗੱਲ 72,000 ਦੀ ਪਿਛਲਾ ਸਮਾਂ ਮੈਂ ਆਪਣੇ ਗੁਰਦਾਸਪੁਰ ਦੀ ਗੱਲ ਕਰਦਾ ਮੈਂ ਬੜਾ ਵੱਡਾ ਲੀਡਰ ਤਾਂ ਨਹੀਂ ਹੈਗਾ ਗੁਰਦਾਸਪੁਰ 'ਚ ਬੇਅੰਤ ਇੰਜੀਨੀਅਰਿੰਗ ਕਾਲਜ ਆਇਆ ਕਾਂਗਰਸ ਪਾਰਟੀ ਨੇ ਦਿੱਤਾ ਹੋਟਲ ਮੈਨੇਜਮੈਂਟ ਆਇਆ ਕਾਂਗਰਸ ਪਾਰਟੀ ਨੇ ਦਿੱਤਾ ਮਿਲਕ ਪਲਾਂਟ ਵੇਰਕਾ ਆਇਆ ਕਾਂਗਰਸ ਪਾਰਟੀ ਨੇ ਦਿੱਤਾ ਰੀਜਨਲ ਕੈਂਪਸ ਆਇਆ ਕਾਂਗਰਸ ਪਾਰਟੀ ਨੇ ਦਿੱਤਾ ਕੋਈ ਇੱਕ ਕੰਮ ਸਿੰਗਲ ਦੱਸੇ ਕਿ ਜਿਹੜੀ BJP ਨੇ ਦਿੱਤਾ ਹੋਏ ਕਾਂਗਰਸ ਪਾਰਟੀ ਜੋ ਕਮਿਟ ਕਰਦੀ ਉਹ ਦਿੰਦੀ ਆ ਜੇ 72,000 ਦੀ ਕਮਿਟਮੈਂਟ ਹੋਈ ਆ ਉਹ ਵਾਅਦਾ ਵਫਾ ਹੋਊਗਾ ਤੁਹਾਡੇ ਸਾਹਮਣੇ ਹੋਊਗਾ ਨੋਟਬੰਦੀ ਅਤੇ GST ਨੂੰ ਕਿਵੇਂ ਲੈਂਦੇ ਆ ਕੋਈ ਵੋਟ ਬੈਂਕ 'ਤੇ ਫਰਕ ਪਊਗਾ ਦੇਖੋ ਜਦੋਂ ਨੋਟਬੰਦੀ ਦੀ ਗੱਲ ਕਰਦੀ ਅੱਖਾਂ 'ਚ ਪਾਣੀ ਭਰ ਆਉਂਦਾ ਮੈਂ ਆਪ ਫੇਸਬੁੱਕ ਆਪ ਅਖਬਾਰਾਂ ਪੜ੍ਹੀਆਂ ਅੱਜ ਵੀ ਲੋਕਾਂ ਦੀਆਂ ਅੱਖਾਂ 'ਤੇ ਹੰਝੂ ਆਉਂਦੇ ਨੇ ਜਦੋਂ ਨੋਟਬੰਦੀ ਦੀ ਗੱਲ ਆਉਂਦੀ ਆ ਉਹਦੇ ਨੋਟਬੰਦੀ ਦੇ ਵਿੱਚ ਬਰਿੰਦਰ ਪਾੜਾ MLA ਨਹੀਂ ਸੀ ਖੜਿਆ ਲਾਈਨਾਂ ਦੇ ਵਿੱਚ ਉਸ ਲਾਈਨ ਦੇ ਵਿੱਚ ਸੁਨੀਲ ਜਾਖੜ ਨਹੀਂ ਸੀ ਖੜਿਆ ਉਸ ਲਾਈਨ ਦੇ ਵਿੱਚ ਸਨੀ ਦਿਓਲ ਨਹੀਂ ਸੀ ਖੜਿਆ ਉਸ ਲਾਈਨ ਦੇ ਵਿੱਚ ਨਰਿੰਦਰ ਮੋਦੀ ਅਮਿਤ ਸ਼ਾਹ ਉਹਦਾ ਮੁੰਡਾ ਜੈ ਸ਼ਾਹ ਨਹੀਂ ਸੀ ਖੜਿਆ ਨੀਰਵ ਮੋਦੀ ਰਿਲਾਇੰਸ ਵਾਲਾ ਅਬਾਨੀ ਅਡਾਨੀ ਇਹ ਲੋਕ ਲਾਈਨਾਂ 'ਚ ਨਹੀਂ ਸੀ ਖੜੇ ਸਗੋਂ ਇਹਨਾਂ ਲੋਕਾਂ ਤੋਂ ਅਡਾਨੀ ਇਹਨਾਂ ਦੇ ਲੋਕਾਂ ਦੇ ਕੋਲੋਂ ਨੀਰਵ ਮੋਦੀ ਕੋਲੋਂ ਕਾਲਾ ਧਨ ਲਿਆ ਕੇ ਲੋਕਾਂ ਨੂੰ ਦੇਣਾ ਸੀਗਾ I am sorry to say ਕਿ ਇਹੋ ਜਿਹੇ ਲੀਡਰਾਂ ਨੂੰ ਅੱਜ ਵੀ ਅਸੀਂ ਮੋਦੀ ਕਰੀਏ ਉਹ 99% ਜਦੋਂ ਕਾਲੇ ਧਨ ਦੀ ਵਾਪਸੀ ਹੋਈ ਤਾਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਨੇ ਬਿਆਨ ਦਿੱਤਾ ਕਿ 99% ਪੈਸਾ ਵਾਪਸ ਖਾਤਿਆਂ 'ਚ ਆ ਗਿਆ ਅਤੇ ਫਿਰ ਕਾਲਾ ਧਨ ਕਿੱਥੇ ਗਿਆ No. 2 ਜਦੋਂ ਲਾਈਨਾਂ ਦੇ ਵਿੱਚ ਉਹ ਲੋਕ ਲੱਗੇ ਜਿਹੜਾ ਭੱਖਦੀ ਧੁੱਪ ਦੇ ਵਿੱਚ ਪਿੰਡੇ 'ਤੇ ਸੇਕ ਝੱਲ ਕੇ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਕਿਸੇ ਨੇ 5,000 ਕਮਾਇਆ ਕਿਸੇ ਨੇ 10 ਕਮਾਇਆ ਕਿਸੇ ਨੇ 15,000 ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਨੇ ਕਿਸੇ ਨੇ 5,000 ਆਟੇ ਵਾਲੀ ਪੇਟੀ 'ਚ ਚੌਲਾਂ ਵਾਲੀ ਪੇਟੀ 'ਚ ਲੁਕਾਇਆ ਸੀ ਬੱਚਿਆਂ ਦੀਆਂ ਫੀਸਾਂ ਤਾਰਨੀਆਂ ਸੀ ਬੱਚਿਆਂ ਦੀ ਵਰਦੀ ਦੇ ਪੈਸੇ ਲੁਕਾਏ ਹੁੰਦੇ ਆ ਕਿਸੇ ਨੇ ਘਰ ਚਲਾਉਣਾ ਹੁੰਦਾ
पर जो रात 12 बजे सर्जिकल स्ट्राइक जिन्हों कहिंदे आ नोटबंदी कहिंदे आ उहदे विच सवेरे पता लग्या जो लोगों लाइना च लगना पिया गरीब लोगों और उहदे च तुहाडे सामने आ मीडिया के किन्ने लोगों दीआं जानां गईआं। अज उत्थे अपने आप नूं असीं रख के वेखीए कि मैं लगा वां लाइन दे विच ते मैं उस लाइन की उस भीड़ के वजह करके मेरी मौत हो जाए तो मेरा परिवार की सोचेगा। उत्थे असीं अपने आप नूं रख के वेखीए नोटबंदी का जो इन्होंने किया उस तो माड़ा इतिहास में माड़ा काम नहीं हो सकता। नंबर 2 ते नोटबंदी करके लोग मारते, नंबर 3 ते GST 28% जो GST लगी। मैनू याद आ मेरे गुरदासपुर के जिन्हें भी सुनियारे सीगे व्यापारी सीगे चाहे वह BJP के सी चाहे कांग्रेस के पूरे हिंदुस्तान 40 दिन इन्होंने दुकाना बंद कीतियां। उस दुकाना बंद करने वाले दे विच मैं बैठा जाके बाजार च उत्थे हर बंदे ने हाँ का नारा मारिया कि साडे कारोबार तबाह हो गए कि 28% अज नरेंद्र मोदी तो अमित शाह GST ते वोट क्यों नहीं मंगते, अज वो नोटबंदी का कारा जिहड़ा वड्डा कीता उत्ते वोट क्यों नहीं मंगते, अज वो 15 लाख की गल करके वोट क्यों नहीं मंगते। मैं फिर ये गल दोहराना मैं इन लोगों की निखेधी नहीं करता, निखेधी करके असी वोट जरूर लै सकते हैं BJP के खिलाफ कि असी चंगे हैं, पर जिन्नी देर तक लोगों इस गल की समझ नहीं आती कि जिन्नी देर तक किसी MP तो किसी MLA तो लोग उसका रिपोर्ट कार्ड नहीं ना पूछते हिंदुस्तान की कायाकल्प नहीं हो सकती। मैं लोगों हमेशा ये जागरूक करना जिथे मैं मेहनत कर दिया इस इलाके की तरक्की लिए उत्थे ये हमेशा जोर दिना कि लोगों की सोझी वधे, लोग आप इन्ने इंटैलीजेंट हो जाए कि जदों कोई लीडर आए इन्हां दे विच उन्हूं पुछो कि तुहाडा रिपोर्ट कार्ड की है, इस इलाके लिए की किया, तुसीं दुख सुख च साडे कोल आए हो तो फिर सिस्टम अपने आप बदल जूगा। ताकत तो सारी गुरु महाराज ने इस अंगूठे च दित्ती है लोगों के, चाहे वह प्रधानमंत्री ला दें चाहे नवं बना दें चाहे मुख्यमंत्री नवा पुराना ला दें नवं बना दें तो फिर लोग बेचारे क्यों उम्मीदा करते साढ़े अर्गे लोगों को भी ये आएंगे सिस्टम बदलने अज पाड़ा आया पहला MLA इतों बहुत माड़ा रहा परचे किए धक्के किए लोगों ने मैनू चुन लिया खुदा ना खास्ता मैं उन्हें माड़ा निकलता तो अगली बारी फिर तीजा चुन लेना सी तीजा भी माड़ा निकलता चौथा चुन लेना सी कदों तक उदों तक सोझी नहीं आ गल बन सकती जिनी देर तक वरिंदर पाड़े पहले MLA ये नहीं पुछते कि तुसी साडे ते धक्केशाइयां करदे रहे हो 5 साल साडे इलाके की तरक्की च तुहाडा की योगदान है तुहाडा रिपोर्ट कार्ड की है। जदों कोई क्लास च बच्चा पढ़दा उहदा रिपोर्ट कार्ड चंगा होवे वह अपने माँ प्यो को आण के शाबाश लैंदा ते माँ प्यो उहदे को जो मंगदा वह दिंदा ते फिर साडे अरगे लोगों का रिपोर्ट कार्ड क्यों नहीं लोग चैक करते। मैं बेनती करांगा तुहाडे माध्यम राही अकाल चैनल राही कि ये लोग जिन्ना चिर अवेयर नहीं होंगे वध तो वध अवेयर होण लोगों तो लीडर तो अपना दा रिपोर्ट कार्ड मंगण ना वेखण BJP ना वेखण कांग्रेस ना वेखण अकाली दल ना वेखण आप। कांग्रेस पार्टी दे विच माड़े भी हो सकता कोई चंगा भी हो सकता, मैं माड़ा हो जाऊँ तो कांग्रेस पार्टी माड़ी नहीं होजूगी, पर जिनी देर तक एक एक लीडर चंगा नहीं होंदा उन्ना चिर पार्टियां चंगीआं नहीं हो सकदियां। सो मेरी बेनती है लोगों नूं रिपोर्ट कार्ड ते वोट पाउणी शुरू करो, सारे मसलियां दा हल है। बिल्कुल जी, लास्ट के एक करी आप फिर नौजवान पीढ़ी वाल जाने MLA बरिंदरजीत सिंह पाड़ा नौजवान MLA पर अज की साड़ी नौजवान पीढ़ी लगभग तुहाडी उम्र के जी वो विदेशों जान जाने पहल दे रही है वो पंजाब रहना नहीं पसंद कर रहे, तुहानू लगता इन नौजवानों कि रोक सकते हैं आने वाली पीढ़ी किस तरह कह सकते? देखो +2 करने तो बाद जो नौजवान ने बाहर जा रहे हैं फॉरन जा रहे हैं सिर्फ इस करके कि इतने सिस्टम नहीं चंगा, इतने लड़ाई किसी ना होंगी आ पार्टीबाजी करके असी फसा किसी को दिने। क्यों फसाया जाता पाड़ा साहब? मैं उही दसन लगा उदे करके ये लोग बेचारे बाहर दौड़ जाते हैं, मेरे तो अपने तो पिछले 10 सालों परचे हुए ने, मेरे परिवार से हुए ने, मेरे भरा हुए ने, मेरे फादर साहब तो हुए ने, मेरे ताए चाचे उन्होंने बेटिया हुए ने। सिस्टम इन्ना माड़ा हो चुका सी अकाली दल वेले कि मैं दस नहीं सकता, तुसी किसी इलाके च पुछ के वेखो, पर मैं कल्ली अपने इलाके की गल करदा जिहड़े नौजवान अज बाहर नूं चल रहे ने वो ये गल सत्थां च जदों बजुर्ग भी बैंदे ने पार्कां च भी फिरदे ने कहिंदे बाहरला सिस्टम बहुत वधिया। मैं फिर ये गल दोहराउण लगा बाहर दा सिस्टम रब धरती ते आके नहीं बदल के गया, बाहर दा सिस्टम लोगों ने बदलिया, लोगों की सोच ने बदलिया। जदों उत्थे कोई MP इलैक्शन लड़दा जदों कोई नेता उत्थे इलैक्शन लड़दा तुसीं उत्थे रैलियां नहीं करनियां पैंदियां, उत्थे रेडियो ते TV ते अपील करदे ने और जदों अपील करदे ने लोग एनालिसिस करते ने इकट्ठे होके कि हाँ इन्हें साड़ी कम्यूनिटी लिए साडे इलाके लिए की किया और उदे बेसिस ते वोट पैंदी है। तो जे अज मैनू पता होवे मेरे रिपोर्ट कार्ड ते वोट पैनी है मैं धक्का किदां करांगा, अज मैनू पता होवे मेरे मैं काम किया उते वोट पैनी है
ਆਟੋਮੈਟਿਕਲੀ ਜੋ ਲੋਕਾਂ ਦੀਆਂ ਆਸਾਂ ਪੂਰੀਆਂ ਹੋਣੀਆਂ ਸ਼ੁਰੂ ਹੋਣਗੀਆਂ। ਸਾਡੇ ਵਾਸਤੇ ਬੜੀ ਵੱਡੀ ਚੁਣੌਤੀ ਆ ਕਿ ਪੰਜਾਬ 'ਚੋਂ ਯੂਥ ਬਾਹਰ ਜਾ ਰਿਹਾ, ਇਹਨੂੰ ਰੋਕਣ ਵਾਸਤੇ ਸਭ ਤੋਂ ਪਹਿਲਾਂ ਲੋਕਾਂ ਨੂੰ ਸੋਚ ਬਦਲਣੀ ਪਊਗੀ, ਲੀਡਰ ਫਿਰ ਬਦਲਣੇ ਆ। ਨਸ਼ਾ ਮੁਕਤ ਪੰਜਾਬ ਤਦ ਹੀ ਹੋ ਸਕਦਾ ਜਿੰਨੀ ਦੇਰ ਤੱਕ ਸਿਸਟਮ ਦੇ ਵਿੱਚ ਚੰਗੇ ਲੀਡਰ ਨਹੀਂ ਆਉਂਦੇ। ਲੀਡਰ ਤਾਂ ਤੁਹਾਡੇ, ਤੁਸੀਂ ਆਪ ਹੀ ਕਹਿ ਰਹੇ ਕਾਂਗਰਸ ਦੇ ਸਾਰੇ ਲੀਡਰ, ਤੁਹਾਡੀ ਸਰਕਾਰ ਆ, ਫਿਰ ਵੀ ਨਸ਼ਾ ਮੁਕਤ ਕਿਉਂ ਨਹੀਂ ਹੋ ਰਿਹਾ, ਨੌਜਵਾਨ ਇਹਨੂੰ ਕਿਉਂ ਨਹੀਂ ਖਿੱਚਿਆ ਜਾ? ਦੇਖੋ, ਨਸ਼ਾ ਇੱਕ ਉਹ ਚੀਜ਼ ਆ, ਮੰਨ ਲਓ ਅੱਜ 100% ਮੈਂ ਹੁਣੇ ਕਹਿ ਦੇਣਾ ਕਿ ਨਸ਼ਾ ਮੁੱਕ ਗਿਆ, ਉਹ ਇੱਕ ਐਸੀ ਚੀਜ਼ ਆ, ਪਤਾ ਨਹੀਂ ਕਿਸ ਘਰ ਦੀ, ਕਿਸ ਮਾਂ ਪਿਓ ਦੀ ਕਿਸਮਤ ਮਾੜੀ ਹੋਣੀ ਆ, ਕੱਲ੍ਹ ਨੂੰ ਫਿਰ ਉਹ ਬੇਟਾ ਨਸ਼ੇ 'ਤੇ ਲੱਗ ਜੇ। ਇਹ ਚੀਜ਼ ਇਹੋ ਜਿਹੀ ਆ ਜਿੱਤੇ ਕੰਟੀਨਿਊ ਚੈੱਕ ਰੱਖਣਾ ਪਊਗਾ, ਜਿਹਦੇ 'ਤੇ ਸਾਨੂੰ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਸ਼ਾ ਵੇਚਣ ਵਾਲਿਆਂ ਨੂੰ ਟੰਗਣਾ ਪਊਗਾ, ਜਿੱਥੇ ਜਿੱਥੇ ਸਿਸਟਮ ਖਰਾਬ ਹੈ ਉਹਨੂੰ ਖਤਮ ਕਰਨਾ ਪਊਗਾ। ਕਿਉਂਕਿ ਜਿਸ ਪਰਿਵਾਰ ਦਾ ਪੁੱਤਰ ਨਸ਼ੇ 'ਚ ਧੱਸ ਕੇ ਅਤੇ ਉਹਦੇ ਮਾਂ ਪਿਓ ਦੇ ਉਹਦੇ ਪੁੱਤਰ ਦੀ ਅਰਥੀ ਜਾਂਦੀ ਆ, ਉਹਦੇ ਨਾਲ ਵੱਡਾ ਬੋਝ ਉਸ ਪਰਿਵਾਰ ਦੇ, ਉਸ ਬਜ਼ੁਰਗ ਦੇ, ਉਸ ਮਾਤਾ ਦਾ ਨਹੀਂ ਪੈ ਸਕਦਾ। ਅੱਜ ਉਹ ਜਿਹੜਾ ਲੀਡਰ ਨਸ਼ੇ ਵਾਲੇ ਦੀ ਮਦਦ ਕਰਦਾ, ਮੈਂ ਕਹਿੰਦਾ ਉਹਦੇ ਤੋਂ ਮਾੜਾ ਕਿਰਤ ਘਾਣ ਬੰਦਾ ਜ਼ਿੰਦਗੀ 'ਚ ਇਸ ਧਰਤੀ 'ਤੇ ਬੋਝ ਨਹੀਂ ਹੋ ਸਕਦਾ। ਮੈਂ ਇਹ ਸਰਕਾਰ ਤੁਹਾਡੀ ਆ, ਰੋਕਿਆ ਕਿੱਦਾਂ ਜਾਊਗਾ? ਮੈਂ ਇਹ ਗੱਲ ਰੁਕਿਆ ਹੋਇਆ, ਕਾਫੀ ਹੱਦ ਤੱਕ ਰੁਕਿਆ ਹੋਇਆ। ਮੈਂ ਤੁਹਾਨੂੰ ਕਹਿ ਰਿਹਾ ਕਿ 100% ਅੱਜ ਕਹਿ ਦੇਣ ਅਸੀਂ ਸਾਰੇ ਲੋਕ ਹੀ ਬਿਲਕੁਲ ਜੀ, ਇੱਥੇ ਇੱਕ ਵੀ ਪੁੜੀ ਨਹੀਂ ਜੇ ਵਿਕਦੀ, ਅਤੇ ਕੱਲ੍ਹ ਨੂੰ ਵਿਕਣੀ ਸ਼ੁਰੂ ਹੋ ਜੂਗੀ, ਪਰਸੋਂ ਨੂੰ ਹੋ ਜੂਗੀ। ਇਹ ਚੀਜ਼ ਇਹੋ ਜਿਹੀ ਆ ਜਿੱਤੇ ਕੰਟੀਨਿਊ ਚੈੱਕ ਕਰਨਾ ਪਊਗਾ। ਸਾਨੂੰ ਹਦਾਇਤਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਸਾਡੇ ਜਿਹੜੇ ਵਿਧਾਇਕ ਆ ਉਹ ਬਿਲਕੁਲ ਕਿਸੇ ਪੁਲਿਸ ਵਾਲੇ ਨੂੰ ਕਿਸੇ ਨੂੰ ਨਸ਼ਾ ਵੇਚਣ ਦੀ ਸਿਫਾਰਿਸ਼ ਨਹੀਂ ਕਰਨਗੇ, ਔਰ ਨਾ ਅਸੀਂ ਕਰਨੀ ਆ। ਵੋਟਾਂ ਤੋਂ ਉੱਪਰ ਉੱਠ ਕੇ ਅਸੀਂ, ਉਹ ਵੀ ਸਾਡੇ ਭਰਾ ਨੇ ਜਿਹੜੇ ਨਸ਼ੇ, ਉਹ ਸਿਸਟਮ ਨੇ ਕਿਸੇ ਮਜਬੂਰੀ ਕਰਕੇ ਨਸ਼ੇ 'ਚ ਵੜ ਕੇ। ਮੈਂ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਰਲ ਮੁੜ ਕੇ ਇਹਦੀ ਲੜਾਈ ਲੜੀਏ, ਬਜਾਏ ਇੱਕ ਦੂਜੇ 'ਤੇ ਚਿੱਕੜ ਸੁੱਟਣ ਦੇ, ਫਲਾਣੇ ਨੇ ਸਹੁੰ ਖਾਧੀ ਸੀ, ਫਲਾਣੇ ਨੇ ਨਸ਼ਾ ਨਹੀਂ ਮੁਕਾਇਆ, ਫਲਾਣੇ ਨੇ, ਇਹਦੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹਦੇ 'ਤੇ ਕਿਸੇ ਵੇਲੇ ਵੀ ਸਾਡੇ ਪਰਿਵਾਰ ਦਾ ਬੰਦਾ ਵੀ ਨਸ਼ੇ 'ਚ ਲੱਗ ਸਕਦਾ। ਪਾਰਟੀਆਂ ਸਾਰੀਆਂ ਇਕੱਠੀਆਂ ਹੋ ਕੇ ਇੱਕ ਪਲੈਟਫਾਰਮ 'ਤੇ ਆ ਕੇ ਇਹਦੀ ਲੜਾਈ ਲੜੀਏ। ਲਾਸਟ ਦੇ ਵਿੱਚ ਆਪਾਂ ਗੁਰਦਾਸਪੁਰ ਸ਼ਹਿਰ 'ਚ ਪਹੁੰਚ ਚੁੱਕੇ ਹਾਂ, ਜਿੱਥੋਂ ਕਿ ਤੁਸੀਂ ਮੇਨ ਜਿੱਤ ਹਾਸਲ ਕੀਤੀ ਸੀ, ਕੀ ਕਹੋਗੇ ਮੁਕਾਬਲਾ ਸੰਨੀ ਦਿਓਲ ਦਾ ਅਤੇ ਜਾਖੜ ਸਾਹਿਬ ਦਾ, ਕਿ ਇੱਕ ਤਰਫਾ ਸੀਟ ਆ? ਇੱਕ ਤਰਫਾ ਸੀਟ ਆ, ਰੱਬ ਕੋਲ ਡਰ ਕੇ ਕਹਿੰਦਾ। ਮੈਂ ਲੋਕਾਂ ਦੀ ਸੋਚ ਵੇਖੀ ਹੈ, ਅੱਜ ਲੋਕ ਕੰਮ ਵੇਖਦੇ ਜੇ, ਕੋਈ ਹੀਰੋ ਨਹੀਂ ਜੇ ਵੇਖਦੇ, ਕੋਈ ਹੀਰੋਇਨ ਨਹੀਂ ਜੇ ਵੇਖਦੇ, ਔਰ ਵੇਖਣੀ ਵੀ ਨਹੀਂ ਚਾਹੀਦੀ। ਇਸੇ ਗੱਲ ਦੀ ਮੈਨੂੰ ਖੁਸ਼ੀ ਆ ਵੀ ਲੋਕ ਇੰਨੇ ਕੁ ਅਵੇਅਰ ਹੋ ਚੁੱਕੇ ਆ, ਕੰਮਾਂ ਨੂੰ ਵੋਟਾਂ ਚਾਹੁੰਦੇ ਨੇ। ਜੇ ਲੋਕਾਂ ਦੀਆਂ ਆਸਾਂ ਜ਼ਿਆਦਾ ਨੇ, ਲੋਕਾਂ ਦੀਆਂ ਉਮੀਦਾਂ ਲੀਡਰਾਂ ਤੋਂ ਜ਼ਿਆਦਾ ਨੇ, ਤਾਂ ਫਿਰ ਵੋਟ ਵੀ ਤਾਂ ਉਸ ਬੰਦੇ ਨੂੰ ਪੈਣੀ ਚਾਹੀਦੀ ਹੈ ਜਿਹਦੇ ਤੋਂ ਉਮੀਦਾਂ ਨੇ, ਜਿਹਦੇ ਤੋਂ ਆਸਾਂ ਨੇ। ਆਹ ਜਿੱਥੇ ਅਸੀਂ ਹੁਣ ਨਿਕਲ ਰਹੇ ਹਾਂ, ਇੱਥੇ ਅੰਡਰਬ੍ਰਿਜ ਬਣਨਾ, ਇਹਦਾ ਤੁਸੀਂ ਕਹਿੰਦੇ ਵਾਅਦਾ ਵਫਾ ਨਹੀਂ ਹੁੰਦਾ, ਉਹ ਮੇਰਾ ਉਦਘਾਟਨ ਵਾਲਾ ਬੋਰਡ ਲੱਗਿਆ, ਔਰ ਆਹ ਜਿੰਨੇ ਵਲੇ ਆ, ਜਿੰਨੀਆਂ ਤਾਰਾਂ ਵੇਖੋ ਮੌਕੇ 'ਤੇ ਪਰੇ ਹੋ ਰਹੀਆਂ ਨੇ। ਇਹ ਥੋੜ੍ਹੇ ਦਿਨਾਂ ਦਰਖਤ ਦੀ ਜਿਹੜੀ ਗ੍ਰੀਨ ਟ੍ਰਿਬਿਊਨਲ ਤੋਂ ਮਨਜ਼ੂਰੀ ਮਿਲਦੀ ਹੈ, ਇਹਨੂੰ ਅਸੀਂ ਦਿਓ, ਮੈਂ ਰਸੀਦਾਂ ਵਿਖਾ ਸਕਦਾ, ਫੀਸਾਂ ਤਰੀਆਂ ਪਈਆਂ ਨੇ। ਕਿਹੜਾ ਰੋਡ ਹੈਗਾ? ਤਿਬੜੀ ਰੋਡ, ਔਰ ਇਹਦਾ 8 ਕਰੋੜ ਰੁਪਈਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੀ ਆਇਆ, ਜਿਹੜੀ ਲਾਇਬ੍ਰੇਰੀ ਚੌਂਕ ਤੋਂ ਮਕੇਰੀਆਂ ਤੱਕ ਸੜਕ ਬਣ ਰਹੀ ਆ, ਔਰ ਆ ਜਿੰਨੀ ਸ਼ਹਿਰ ਦਾ ਵਾਲਾ ਏਰੀਆ ਉਹਦੀ ਵਾਈਡਨਿੰਗ ਹੋ ਰਹੀ ਆ, ਪ੍ਰੀਮਿਕਸ ਪੈ ਰਹੀ ਆ। ਕੰਮ ਹੋਰ ਕੀ ਹੁੰਦੇ ਆ, ਕੰਮ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੁੰਦਾ, ਨਾ ਕਿ ਫੋਕੇ ਉਦਘਾਟਨ ਕਰਨੇ ਆ। ਪਿਛਲੇ ਸਮੇਂ 'ਚ 60 ਤੋਂ 70 ਉਦਘਾਟਨ ਆਪਣੇ ਹਲਕੇ 'ਚ ਕੀਤੇ ਨੇ ਇੱਕ ਮਹੀਨੇ ਦੇ ਅੰਦਰ ਅੰਦਰ, ਔਰ ਵਿਦ ਇਨ 15 ਤੋਂ 20 ਡੇਜ਼ ਓਨ ਗਰਾਊਂਡ ਜਿੱਥੇ ਜਿੱਥੇ ਉਦਘਾਟਨ ਕੀਤਾ ਉੱਥੇ ਕੰਮ ਚੱਲ ਰਿਹਾ। ਔਰ ਮੈਂ ਇਹ ਲੋਕਾਂ ਨਾਲ ਵਿਸ਼ਵਾਸ ਤਾਂ ਦਵਾਇਆ ਸੀ, ਮੈਂ ਉਦਘਾਟਨ ਉਦੋਂ ਕਰਾਂਗਾ ਜਦੋਂ ਪੈਸੇ ਦੇਵਾਂਗਾ, ਖਾਤੇ 'ਚ ਪੈਸੇ ਆ ਕੇ ਟੈਂਡਰਿੰਗ ਹੋ ਜੂਗੀ। ਔਰ ਹਮੇਸ਼ਾ ਅੱਜ ਵੀ ਤੁਹਾਡੇ ਚੈਨਲ ਰਾਹੀਂ ਵਰੇਨਾ ਮੇਰਾ ਚੈਲੰਜ ਆ ਵਿਰੋਧੀਆਂ ਨੂੰ ਕਿ ਕਿਤੇ ਉਦਘਾਟਨ ਲਾ ਕੇ RTI ਪਾ ਲਓ, ਬਿਨਾਂ ਪੈਸਿਆਂ ਤੋਂ ਬਰਿੰਦਰਮੀਤ ਸਿੰਘ ਪਾੜੇ ਨੇ ਉਦਘਾਟਨ ਨਾ ਕੀਤਾ ਨਾ ਕਰਾਂਗਾ। ਔਰ ਆਉਣ ਵਾਲੇ ਸਮੇਂ 'ਚ ਜਿੰਨੇ ਵਾਅਦੇ ਕੀਤੇ ਆਪਣੀ ਗੁਰਦਾਸਪੁਰ ਦੀ ਜਨਤਾ ਨਾਲ, ਇਹ ਮੇਰਾ ਪਰਿਵਾਰ ਹੈ, ਮੇਰਾ ਵਿਸ਼ਵਾਸ ਹੈ, ਮੇਰੇ ਵਾਸਤੇ ਇਹ ਸਾਰੇ ਹੀਰੋ ਨੇ ਅਤੇ ਮੈਂ ਇਹਨਾਂ ਵਾਸਤੇ ਹੀਰੋ ਹਾਂ। ਅਸੀਂ ਪਰਿਵਾਰ ਹਾਂ, ਨਾ ਮੈਂ MLA ਹਾਂ, ਨਾ ਉਹ ਮੇਰੇ ਲਈ ਵਰਕਰ ਨੇ, ਇੱਕ ਪਰਿਵਾਰ ਦੀ ਤਰ੍ਹਾਂ ਇਸ ਗੁਰਦਾਸਪੁਰ ਦੀ ਲੜਾਈ ਲੜਾਂਗੇ। ਜਿਹੜਾ ਕਸਰ ਜੋ ਪਿਛਲੇ ਸਾਲਾਂ 'ਚ ਰਹੀ ਆ, ਪਹਿਲੀ ਵਾਰੀ ਵਿਧਾਇਕ ਬਣਿਆ ਕਰ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਇੰਨੀ ਹਿੰਮਤ ਗੁਰੂ ਮਹਾਰਾਜ ਨੇ ਦਿੱਤੀ ਆ ਸੱਚ 'ਤੇ ਚੱਲਣ ਦੀ। ਜਿਸ ਬੰਦੇ ਕੋਲ ਸੱਚ ਆ ਉਹ ਕਦੀ ਮਾਰ ਨਹੀਂ ਖਾਂਦਾ। ਔਰ ਇੱਕ ਤੋਂ ਇੱਕ ਮੈਂ ਸੁਨੀਲ ਜਾਖੜ ਜੀ 11 ਹੋ ਗਏ, ਜਿੱਦਾਂ ਦੀ ਸੋਚ ਮੇਰੀ ਆ ਉੱਦਾਂ ਦੀ ਸੋਚ ਸੁਨੀਲ ਜਾਖੜ ਜੀ ਦੀ ਆ। ਪਿਛਲੇ ਸਮੇਂ ਦੇ ਵਿੱਚ MLA ਅਤੇ MP ਦੀ ਨਹੀਂ ਸੀ ਬਣਦੀ, MP ਚੰਗਾ ਸੀ ਅਤੇ MLA ਨਾਲ ਸੀ ਬਣਦੀ, ਅੱਜ ਸੁਨੀਲ ਜਾਖੜ ਅਤੇ ਬਰਿੰਦਰਮੀਤ ਸਿੰਘ ਪਾੜੇ ਦੀ ਪੂਰੀ ਬਣਦੀ ਆ, ਔਰ ਸੂਈ ਨਹੀਂ ਲੰਘਦੀ ਸਾਡੇ ਦੋਵਾਂ 'ਚੋਂ। ਇਹੋ ਹੀ ਕਾਰਨ ਆ ਤਰੱਕੀ ਦਾ, ਜੇ ਸਾਡਾ ਸਰਪੰਚ ਥੱਲੇ ਬਣਦਾ ਅਤੇ ਉਹਦਾ MLA ਉੱਤੇ ਚੰਗਾ ਹੋਵੇ ਤਾਂ ਕੰਮ ਚੱਲਦਾ, MLA ਚੰਗਾ ਹੋਵੇ ਅਤੇ MP ਚੰਗਾ ਹੋਵੇ ਉੱਤੇ ਫਿਰ ਗੱਲ ਬਣਦੀ ਆ, MP ਚੰਗਾ ਹੋਏ ਅਤੇ ਸੀਮ ਆਪਣਾ ਹੋਵੇ ਫਿਰ ਗੱਲ ਬਣਦੀ ਆ। ਸਾਡੇ ਥੱਲੇ ਸਰਪੰਚ ਵੀ ਆਪਣਾ, MLA ਵੀ ਉਹਨਾਂ ਦੇ ਘਰ ਦਾ, ਅਤੇ ਮੁੱਖ ਮੰਤਰੀ ਵੀ ਸਾਡੇ ਘਰ ਦਾ, ਅਤੇ ਲੋਕ ਇਹ ਸਮਝਦੇ ਆ ਚੇਨ ਟੁੱਟਣੀ ਨਹੀਂ ਚਾਹੀਦੀ ਅਤੇ ਨਾ ਟੁੱਟੇਗੀ। ਇਸ ਕਰਕੇ ਜਿਸ 2.5 ਮਿੰਟਾਂ 'ਚ ਸੰਨੀ ਦਿਓਲ ਡਾਇਲੋਗ ਮਾਰ ਕੇ ਅਤੇ ਨਲਕਾ ਹੱਥ 'ਚ ਫੜ ਕੇ ਗਿਆ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਗਿਆ, ਉਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ
आ 23 तरीक नूं वेख्यो 8 बजे जे गिनती शुरू हुई तो 9 बजे नूं इहनूं वाहिगुरू जी का खालसा ते वाहिगुरू जी की फतेह गुरदासपुर की जनता कहूगी। क्योंकि जदों एक लास्ट दे विच तुहानूं गल कहांगा कि असीं इन्ने थले नहीं डिगना चाहीदा, कुर्सी की खातर, राजनीति की भुख के खातर। जदों सवेरे बॉम्बेओं चलिया उन्हें टोपी पाई सी, जदों श्री हरिमंदर साहब पहुँचा उन्हें नीले रंग की पग बन्नी सी, जदों गुरदासपुर की हद लंघन लग्या तो उन्हें केसरी रंग की शहीद भगत सिंह वाले की रंग की पग बन ली। इनकलाबी जिहड़ा बंदा एक कुर्सी की खातर, एक पंजाबियों नूं भरमाउण की खातर 3 घंटिया 3 रंग बदल सकता, इन्हां लोकां दा ईमान कित्थे खड़ा है? इन्हां लोकां दा ईमान बदल लग्या 3 मिनट लगनगे, ये लोग समझ गए इस गल नूं। और आने वाले समय च इहदा जवाब 23 तरीक नूं 9 बजे तो पहलां सनी देओल नूं देंगे। जिदा अमृतसर दे विच अरुण जेतली एक केतली च पा के घल्लिया, ये भी उदा ही जाऊगा, क्योंकि जनता जाग चुकी है। जनता का विश्वास कांग्रेस पार्टी ते आ, जनता का विश्वास सुनील जाखड़ ते आ, जनता का विश्वास मेरे ते आ, और मेरा विश्वास मेरी जनता ते आ। इस तों वध मैं कुछ नहीं कह सकता। बरिंदरजीत सिंह पाड़ा ने जी ने गल की थी, जेडे कि इस टाइम के उत्ते हलका गुरदासपुर के एम एल दी सेवावां दे रहे आ, वादे तो बड़े वड्डे किए जाते हैं, वफा कर दियां गल्लां पता कीतियां हैगियां वा, लोक विचार जिहदे विच कि इस टाइम के उत्ते हॉट सीट मनी जा रही है गुरदासपुर की, तो टक्कर दस्या जा रहा, पर एम एल ए पाड़ा जी का वादा हैगा कि यह सनी देओल सीट नहीं जित सकता, सुनील जाखड़ बहुत वड्डे फर्क नाल जितणगे। वेखदे आ 19 तरीक की इलैक्शन आ, 23 तरीक नूं गिणती दे विच पाड़ा साहब ने दस्सिया हैगा कि इत्थों जिवें कि हुण सनी देओल की गल उन्हें कीती कि वापसी हुई आ, इस तरह खाली हथ वापसी होगी, ये दावेदारी पूरी हुंदी आ कांग्रेस की, जां सनी देओल बाजी मारदा इत्थों, ये 23 तरीक दसूगी। तद तक वाहेगुरू जी का खालसा, वाहेगुरू जी की फतेह।